ਜੀ ਅਸਲਾਮ ਅਲੈਕਮ ਵੀਰੋ ਭਰਾਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਜਿਸ ਤਰ੍ਹਾਂ ਤੁਹਾਨੂੰ ਪਤਾ, ਸੰਡੇ ਦੇ ਸੰਡੇ ਵਲੋਗ ਅਪਲੋਡ ਕਰੀਦਾ, ਨਾਲ ਸਾਡੇ ਬਿੱਲਾ ਟਵੰਡੀ ਖਟਾਣਾ ਸਾਹਿਬ ਹੈ ਭਾਈ। ਤੁਹਾਨੂੰ ਪਤਾ ਤੇ ਹੈ ਫਿਰ ਪੂਰੇ ਸਿਆਲਕੋਟ ਦੀ ਖੂਬਸੂਰਤੀ ਤੇ ਚੱਸ ਲਾਂਗੇ, ਉੱਥੇ ਜਾ ਕੇ ਵੀਡੀਓ ਅਪਲੋਡ ਹੋਣਗੀਆਂ, ਸਾਡਾ ਤੁਸੀਂ ਪੂਰਾ ਦੇਖਣਾ। ਲਓ ਜੀ, ਬਿੱਲਾ ਸਾਹਿਬ ਕਹਿ ਰਿਹਾ ਸੀ ਕਿ ਰੋਹ ਪੀਣੀਆਂ ਤੇ ਬਾਬਾ ਜੀ ਬਜਵਾ ਜਾ ਰਹੇ ਆ। ਚੀਨੀ ਵੱਧ ਤੇ ਸਤਾ ਜੀ, ਠੰਡੀ ਠਾਰ ਤਿੰਨ ਗਲਾਸ ਕਰ ਦਿਓ ਤੇ ਫੁੱਲ ਚਿਲ ਮੂਡ ਦੇ ਮਾਸੇ ਖਾਲਸਾ ਸਾਹਿਬ, ਚੈੱਕ ਕਰੋ ਗਾਣੇ ਸ਼ਾਣੇ ਗਾ ਰਹੇ ਆ। ਹਾਂਜੀ ਜਨਾਬ, ਤੇ ਆ ਚੁੱਕੇ ਆ ਜਨਾਬ। ਸਰ ਕਿੱਥੇ ਆਏ ਆ? ਅੱਡਾ ਸਾਂਦਲੇ ਚੱਕ। ਅੱਡਾ ਸਾਂਦਲੇ ਚੱਕ ਤੇ ਬਿੱਲਾ ਟਵੰਟੀ ਉਹ ਪਾਣੀ ਸ਼ਾਣੀ ਪੀਣ ਗਿਆ, ਤੇ ਅਸੀਂ ਵੀ ਪਾਣੀ ਸ਼ਾਣੀ ਪੀ ਲਈਆਂ, ਰੋਹ ਸ਼ੋ ਪੀਤੀ ਆ ਜਨਾਬ। ਅੱਗੇ ਜਾ ਰਹੇ ਆ, ਰਹਿ ਗਿਆ 10 ਮਿੰਟ ਦਾ ਰਾਹ, ਫਿਰ ਤੁਹਾਨੂੰ ਦਿਖਾਉਂਦੇ ਆ ਜਾ ਕੇ। ਜਨਾਬ ਚੈੱਕ ਕਰੋ, ਆ ਚੁੱਕੇ ਆ ਅਸੀਂ ਤੇ ਬਾਗ ਆਏ ਆ, ਤੇ ਸਬੱਬ ਲੱਗਾ 3 ਕਿਸਮ ਦਾ ਬਾਗ ਆ ਚਾਚਾ। ਕਾਹਦਾ ਕਾਹਦਾ ਬਾਗ ਹੈ? ਆਲੂ, ਲੀਚੀ ਤੇ ਅੰਬ। ਕਿਆ ਬਾਤ ਹੈ, ਫੁੱਲ ਇੱਥੇ ਚਾਸ ਆਣੀਆਂ। ਹੁਣ ਜਨਾਬ ਤੁਹਾਨੂੰ ਅਸੀਂ ਵਿਜ਼ਿਟ ਕਰਾ ਲਏ ਆ, ਤੇ ਇਹ ਚੈੱਕ ਕਰੋ ਪਿੱਛੇ ਤੁਸੀਂ ਬਾਗ ਚੈੱਕ ਕਰ ਰਹੇ ਹੋ, ਨਾਲ ਇਹ ਪੰਪ ਚੱਲੇ ਦਾ ਹੈ। ਇਹ ਚੈੱਕ ਕਰੋ ਖਟਾਣਾ ਸਾਹਿਬ ਮੂੰਹ ਧੋ ਰਹੇ ਨੇ, ਬਾਕੀ ਹੁਣ ਦੱਸਣੇ ਆ ਫਿਰ ਤੁਹਾਨੂੰ ਜਾ ਕੇ। ਇਹ ਚੈੱਕ ਕਰੋ ਬਾਗ, ਬਹੁਤ ਵੱਡਾ ਬਾਗ, ਇਹ ਮੁੰਡੇ ਚਾਸ ਲੈ ਰਹੇ ਨੇ ਸਾਹਿਬ। ਜਨਾਬ ਚੈੱਕ ਕਰੋ ਨਾ, ਬਾਗ ਦੇ ਅੰਦਰ ਅਸੀਂ ਐਂਟਰ ਹੋ ਲਗੇ ਆ, ਤੇ ਖਟਾਣਾ ਸਾਹਿਬ ਸਾਨੂੰ ਪੂਰੀ ਡਿਟੇਲ ਨਾਲ ਦੱਸਣਗੇ। ਫਲ ਤਿਆਰ ਹੋਇਆ, ਲੀਚੀ ਪੇ ਦੀ ਹੈ ਬਾਬਾ ਜੀ, ਪੱਕੀ ਨੀ ਹੈ ਲੇਕਿਨ ਤਿਆਰ ਹੋ ਰਹੀ ਹੈ, ਤੁਹਾਨੂੰ ਚੈੱਕ ਕਰਾਨੇ ਆ। ਚਲੋ ਜਨਾਬ ਚੈੱਕ ਕਰੋ, ਪਹਿਲੇ ਨੰਬਰ ਤੇ ਲੀਚੀ ਤਿਆਰ ਹੋ ਰਹੀ ਹੈ। ਇਹ ਚੈੱਕ ਕਰੋ, ਫਲ ਫੁੱਲ ਜ਼ੋਰਾਂ ਨਾਲ ਪੇਦਾ ਹੈ। ਇਹ ਚੈੱਕ ਕਰੋ ਨਾ ਬਿੱਲੇ ਹੋਰੀ ਵੀ, ਬਿੱਲਾ ਜੀ ਚੈੱਕ ਕਰਾਓ ਨਾ ਲੀਚੀ ਹੋ ਰਹੀ ਹੈ ਤਿਆਰ। ਕੁੜੀਆਂ ਦੇ ਖਾਣ ਵਾਲੀ ਹੈ, ਸਾਡੀ ਨੀ ਹਜੇ ਹੈ, ਜੈ ਕ ਮਿੱਠੀ ਹੈ। ਇਹ ਚੈੱਕ ਕਰੋ, ਫਲ ਚੈੱਕ ਕਰੋ ਜਨਾਬ, ਚੈੱਕ ਕਰੋ ਚੀਨੀ ਤੋੜੇ ਲਿਆਂਦੇ ਨੇ, ਹੁਣ ਪਾ ਲਗਾ। ਖਟਾਣਾ ਸਾਹਿਬ ਦੱਸੋ ਕੋਈ ਗੱਲ ਬਾਤ ਯਾਰ। ਇਹ ਲੀਚੀ ਦਾ ਬਾਗ ਹੈ ਜਿੱਥੇ ਅਸੀਂ ਆਏ ਆ, ਚੱਕ ਸੰਥਲ। ਚੱਕ ਸੰਥਲ ਬੈਜ ਅੰਬਾਂ ਦਾ ਵੀ ਬਾਗ ਹੈ, ਲੀਚੀ ਦਾ ਵੀ ਤੇ ਆੜੂ ਦਾ ਵੀ। ਬਾਬਾ ਜੀ ਫਲ ਤੁਸੀਂ ਚੈੱਕ ਕਰ ਰਹੇ ਹੋ ਜਨਾਬ, ਚੈੱਕ ਕਰੋ ਬਾਗ ਕੈਸਾ ਹੈ। ਇਹ ਦੇਖੋ, ਇਹ ਚੈੱਕ ਕਰੋ, ਹਾਏ ਹਾਏ ਹਾਏ, ਤੇ ਕੱਚੀਆਂ ਖਾ ਰਹੀ ਆ ਬਿੱਲੇ ਨੂੰ, ਕਿਹਾ ਕੁੜੀ ਨੇ ਕਿਹਾ ਖੱਟਾ ਖਾਇਆ ਕਰ। ਚਲੋ ਅੱਗੇ ਚਲੋ, ਅੰਬ ਦੇ ਵੀ ਦੇਖਣੇ ਨੇ, ਆਈਏ ਆਈਏ, ਆਰੂ ਵੀ ਦੇਖਣੇ ਨੇ ਅਸੀਂ ਜਨਾਬ। ਤੇ ਲੀਚੀ ਚੈੱਕ ਕਰ ਸਕਦੇ ਹੋ, ਤੇ ਇਹ ਆਰੂ ਨੇ, ਤੇ ਆਰੂ ਫਿਲਹਾਲ ਖਤਮ ਹੋ ਚੁੱਕੇ ਨੇ, ਆਰੂਆਂ ਦਾ ਸੀਜ਼ਨ ਆਫ ਹੋ ਗਿਆ। ਤੇ ਅੰਬ ਸਾਨੂੰ ਨਜ਼ਰ ਨਹੀਂ ਆ ਰਹੇ, ਹੁਣ ਖਟਾਣਾ ਸਾਹਿਬ ਹੀ ਦੱਸਣਗੇ ਕਿ ਅੰਬ ਕਿੱਧਰ ਨੇ। ਬਾਗ ਕਾਫੀ ਜ਼ਿਆਦਾ ਵੱਡਾ ਜਨਾਬ, ਤੇ ਅਸੀਂ ਵਿਜ਼ਿਟ ਕਰ ਰਹੇ ਹਾਂ। ਤੇ ਗਰਮੀ ਬਹੁਤ ਜ਼ਿਆਦਾ, ਵੀਡੀਓ ਸ਼ੀਡੀਓ ਸਾਡੀਆਂ ਬਣ ਰਹੀਆਂ ਨੇ ਗਰਮੀ ਦੇ ਵਿੱਚ, ਬੂਟਿਆਂ ਦੇ ਵਿੱਚ ਤੁਹਾਡੀ ਖੂਬਸੂਰਤ ਚਿਹਰਾ
ਖੂਬਸੂਰਤ ਸ਼ਾਇਰੀ ਹੋਈ ਜੇ ਨਾ ਥੇ ਦਿਲ ਚੀਰ ਕੇ ਦੇਖੋ ਨਾ ਕਭੀ ਤੁਮਹਾਰੀ ਤਸਵੀਰ ਹੈ ਇਸਮੇ ਔਰ ਤੁਮ ਰੋਜ਼ ਇਸੇ ਦੁਖਾਤੇ ਹੋ ਯੇ ਗਰ ਹੈ ਤੁਮਹਾਰਾ ਕਰੋ ਜਨਾਬ ਸਕੂਨ ਹਾਏ 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 ਕਮਾਲ ਹੈ ਤੇ ਇਹ ਅੰਬਾਂ ਦਾ ਵੀ ਆ ਗਿਆ ਜਨਾਬ ਬੂਟਾ ਇੱਥੇ ਅਸੀਂ ਵੀਡੀਓ ਸ਼ੂਡੀਓ ਵੀ ਬਣਾ ਲਗੇ ਆ ਸਾਡੇ ਕੋਲ ਇਸ ਟਾਈਮ ਖਾਣ ਪੀਣ ਦਾ ਪੀਸ ਆਫ ਪਜਵਾਤ ਲਾਈਕ ਫੁੱਲ ਹੈਵਨ ਹਾਏ ਹਾਏ ਵੀ ਆਰ ਫੋਰ ਰਿਲੈਕਸਿੰਗ ਇਟ ਇਸ ਟੂ ਮਚ ਇਜ਼ੀ ਐਂਡ ਸਾਨੂੰ ਆਂਦੀ ਤੇ ਫਿਰ ਅਸੀਂ ਇੱਥੇ ਨਾਲ ਹੁੰਦੇ ਸਮਝ ਸਾਨੂੰ ਕੋਈ ਨਹੀਂ ਆਈ ਤਾਂ ਚਲੋ ਫਿਰ ਵੀ ਠੀਕ ਆ ਯਾਰ ਉਹ ਫਿਰ ਵੀ ਠੀਕ ਆ ਯਾਰ ਮੈਨੂੰ ਵੀ ਨਹੀਂ ਆਈ ਬਾਕੀ ਇਹ ਚੈੱਕ ਕਰੋ ਸਾਰੇ ਹਾਏ ਹਾਏ ਕਮਾਲ ਕਮਾਲ ਦੀਆਂ ਚੀਜ਼ਾਂ ਨੇ ਜਨਾਬ ਆ ਦੇਖੋ ਲੀਚੀ ਹਾਏ ਲੀਚੀ ਮੇਰੀ ਲੀਚੀ ਦਾ ਅਜੇ ਕੱਚੀ ਨੇ ਤਾਂ ਸਾਨੂੰ ਬਾਸ਼ ਚਵਾ ਦਿੱਤਾ ਨਹੀਂ ਤੇ ਉਹਨੇ ਨਹੀਂ ਬਾਸ਼ ਚਵਾਣਾ ਭਾਵੇਂ ਮਾਸਟਰ ਦਾ ਮਾਮਾ ਲੱਗਾ ਮਾਸਟਰ ਦੇ ਮਾਮਿਆਂ ਦਾ ਬਾਗ ਆ ਭਾਜੀ ਸਾਨੂੰ ਕੋਈ ਨਹੀਂ ਰੋਕ ਸਕਦਾ ਹਾਂਜੀ ਗੱਲ ਕਟਾਣਾ ਸਾਹਿਬ ਦੇ ਮਾਮਿਆਂ ਦਾ ਬਾਗ ਜੇ ਬਾਵਾ ਤਾਂ ਵਾਸਤੇ ਅਸੀਂ ਅੰਦਰ ਐਂਟਰ ਹੋ ਕੇ ਤੇ ਆਪਣੀ ਮੌਜ ਮਸਤੀ ਨਾਲ ਵੀਡੀਓ ਸ਼ੂਡੀਓ ਬਣਾ ਰਹੇ ਆ ਕਟਾਣਾ ਸਾਹਿਬ ਫੁੱਲ ਮਾਹੌਲ ਦੇ ਵਿੱਚ ਨੇ ਨਹੀਂ ਤੇ ਕੋਈ ਨਹੀਂ ਵੜਨ ਦਿੰਦਾ ਬਾਕੀ ਬਾਵਾ ਜੀ ਆਜੋ ਇੱਧਰ ਆਓ ਇੱਧਰ ਆਓ ਬਿੱਲਾ ਜੀ ਕਟਾਣਾ ਸਾਹਿਬ ਇੱਧਰ ਅੰਬੀਆਂ ਮਿੱਠੇ ਮਿੱਠੇ ਲਮਕਦੇ ਪਏ ਨੇ ਅੰਬ ਕਿਆ ਬਾਤ ਹੈ ਇੱਧਰ ਆਓ ਬਿੱਲਾ ਜੀ ਇੱਧਰ ਆਓ ਸਰ ਇਹ ਚੈੱਕ ਕਰੋ ਇਹ ਦੇਖੋ ਹੈ ਨਾ ਫਿਰ ਸੋਹਣੇ ਅੰਬ ਕਿਆ ਬਾਤ ਹੈ ਇਹ ਮਾਹੌਲ ਹੈ ਜਨਾਬ ਪਿੰਡਾਂ ਵਾਲਿਆਂ ਦਾ ਤੇ ਇਹ ਚੈੱਕ ਕਰੋ ਹਾਂਜੀ ਖਾਓ ਤੁਸੀਂ ਵੀ ਯਾਰ ਅੰਬੀਆਂ ਕੱਚੀਆਂ ਨੇ ਹਾਂਜੀ ਗੱਲ ਹੈ ਇੱਧਰ ਆਓ ਯਾਰ ਇਹ ਚੈੱਕ ਕਰੋ ਬੂਟਾ ਬਿੱਲਾ ਜੀ ਟੋਟਲ ਫਲ ਪੇ ਦਾ ਜਨਾਬ ਓਏ ਹੋਏ ਓਏ ਹੋਏ ਖਟਾਣਾ ਸਾਹਿਬ ਕਿਆ ਬਾਤ ਹੈ ਜਨਾਬ ਠੰਡੀਆਂ ਬਾਵਾਂ ਤੇ ਇੱਕ ਹੋਰ ਚੀਜ਼ ਆ ਜਦੋਂ ਖਾਵਾਂ ਇੱਥੇ ਬੜਾ ਕੁਛ ਲੱਭਣਾ ਉਹ ਚੈੱਕ ਕਰੋ ਉਹਨੂੰ ਇੱਕ ਬਸ ਮਾਰਨ ਦੀ ਸ਼ੈ ਹੈ ਤੇ ਖਟਾਣਾ ਸਾਹਿਬ ਦੇ ਮੂੰਹ ਤੇ ਸਿੱਧਾ ਚੈੱਕ ਕਰ ਸਕਦੇ ਬਾਜ ਤੁਹਾਨੂੰ ਲੱਭਣਾ ਡਬਲ ਹੋ ਗਿਆ ਇਹ ਪੋਰ ਇਹ ਪੋਰ ਵੀ ਬਿੱਲਾ ਤੇ ਸਾਡੇ ਨਾਲ ਉਂਝ ਵੀ ਬਿੱਲਾ ਤੇ ਦੋ ਬਿੱਲਿਆਂ ਦਾ ਮੁਕਾਬਲਾ ਹੋ ਜਾਏਗਾ ਫਿਰ ਹੋਰ ਜਨਾਬ ਇੰਨਾ ਕੁ ਪੋਰ ਹੈ ਉੱਤੇ ਹਾਂਜੀ ਜਨਾਬ ਤੇ ਚੈੱਕ ਕਰੋ ਉਹਨੇ ਵੀਡੀਓ ਸ਼ੀਡੀਓ ਬਣ ਰਹੀਆਂ ਨੇ ਬਿੱਲਾ 20 ਵੀਡੀਓ ਸ਼ੀਡੀਓ ਬਣਾ ਰਿਹਾ ਤੇ ਜਨਾਬ ਕਮਾਲ ਦੀ ਜਗ੍ਹਾ ਤੇ ਅਸੀਂ ਆ ਵੱਜੇ ਅੱਜ ਬਜੂਆਤ ਤਿੰਨ ਕਿਸਮਾਂ ਦਾ ਬਾਗ ਹੈ ਬਹੁਤ ਹੀ ਵੱਡਾ ਬਾਗ ਹੈ ਇਸ ਟਾਈਮ ਫੁੱਲ ਦਰਮਿਆਨ ਦੇ ਅੰਦਰ ਅਸੀਂ ਖੜੇ ਹਾਂ ਅਤੇ ਇੱਥੇ ਵੀਡੀਓ ਸ਼ੂਡੀਓ ਬਣਾ ਲੱਗੇ ਹਾਂ ਹੁਣ ਇੱਥੇ ਬੈਠੇ ਲੱਗੇ ਹਾਂ ਚੈੱਕ ਕਰੋ ਹੁਣ ਇਹ ਚੈੱਕ ਕਰੋ ਖਟਾਣਾ ਸਾਹਿਬ ਇਹ ਕਿਆ ਬਾਤ ਹੈ ਹਾਂਜੀ ਜਨਾਬ ਅਤੇ ਵੀਡੀਓ ਸ਼ੂਡੀਓ ਅਸੀਂ ਬਣਾ ਰਹੇ ਹਾਂ ਵੀਡੀਓ ਸ਼ੂਡੀਓ ਬਣ ਗਈਆਂ ਨੇ ਇਹ ਚੈੱਕ ਕਰੋ ਨਾ ਖਟਾਣਾ ਸਾਹਿਬ ਕਾਲੇ ਚਸ਼ਮੇ ਲੱਗ ਚੁੱਕੇ ਨੇ ਜਨਾਬ ਖਟਾਣਾ ਸਾਹਿਬ ਨੂੰ ਅਤੇ ਬਿੱਲਾ 20 ਅੰਬਾਂ ਦੀ ਜਾਨ ਨਹੀਂ ਛੱਡ ਰਿਹਾ ਬਾਕੀ ਆ ਚੈੱਕ ਕਰੋ ਤੇ ਮੈਂ ਬੈਠ ਚੁੱਕਿਆ ਉੱਤੇ ਠੰਡੀਆਂ ਹਵਾਵਾਂ ਆਏ ਹਾਏ ਹਾਏ ਕੋਲ ਕੋਲ ਮਜ਼ਾ ਆ ਰਿਹਾ ਜਨਾਬ ਮੁੱਲ ਪੈ ਗਿਆ ਅੱਜ ਸੰਡੇ ਦਾ ਤੇ ਬਾਗ ਤੇ ਆ ਕੇ ਵੀਡੀਓ ਤਸਵੀਰਾਂ ਬਹੁਤ ਹੀ ਅੱਛੀਆਂ ਅੱਛੀਆਂ ਅਸੀਂ ਬਣਾਈਆਂ ਨੇ ਅੱਛੇ ਅੱਛੇ ਪੋਜ਼ਾਂ ਨਾਲ ਹੁਣ ਅਸੀਂ ਜਾਂਦੇ ਹਾਂ ਉੱਥੇ ਚੱਲ ਰਹੀ ਹੈ ਬੰਬੀ ਉੱਥੇ ਅਸੀਂ ਮੂਛੂ ਧੋਨੇ ਹਾਂ ਅਤੇ ਉੱਥੇ ਵੀ ਇੰਜੋਏਮੈਂਟ ਥੋੜ੍ਹਾ ਜਿਹਾ ਕਰਨੇ ਹਾਂ ਅਤੇ ਫਿਰ ਅਸੀਂ ਜਾਂਦੇ ਹਾਂ ਫਿਰਦੇ ਤੁਰਦੇ ਵਾਪਸੀ ਸੈਦਪੁਰ
ਆਪ ਚੈੱਕ ਕਰੋ, ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਆ, ਹੋਰ ਕੀ ਆ ਖਿਡਾ ਸਕਦਾ ਜੋ ਦਿਖਾ ਲਓ। ਜਵਾਤ ਦੇ ਵਿੱਚ ਖੈਰੀ ਦੇ ਕੋਲ ਜਾ ਕੇ ਫਿਰ ਬੋਰ ਡਾਇਰੈਕਟ ਨਹੀਂ ਹੁੰਦੇ, ਇਨਡਾਇਰੈਕਟ ਹੁੰਦੇ ਨੇ, ਜਿਸ ਤਰ੍ਹਾਂ ਆਇਆ ਹੋਇਆ ਪਹਿਲੇ ਬੰਦਾ। ਇਹ ਚੈੱਕ ਕਰੋ ਜਨਾਬ, ਓਏ ਹੋਏ ਹੋਏ ਸਾਹਮਣੇ ਨਜ਼ਰ ਆ ਰਹੀ ਆ ਪਾਣੀ ਸਾਰੇ, ਕਿਆ ਬਾਤ ਹੈ, ਸਾਰਾ ਚੈੱਕ ਕਰੋ, ਇੰਨਾ ਕੁ ਡੂੰਘਾ ਹੈ ਕਿ ਦਿਲ ਘਬਰਾ ਗਿਆ ਇੱਕ ਵਾਰੀ ਦੇਖ ਕੇ। ਇਹ ਚੈੱਕ ਕਰੋ, ਠੰਡਾ ਪਾਣੀ, ਇੱਥੋਂ ਪਾਣੀ ਵੀ ਪੀਵਾਂਗੇ ਤੇ ਮੂੰਹ ਸ਼ੂ ਵੀ ਧੋਵਾਂਗੇ। ਵੀਡੀਓ ਬਣਾਉਣੀ ਹੈ ਜਨਾਬ, ਤੇ ਚੈੱਕ ਕਰੋ, ਪੜਨਾ ਛੰਡਾ ਗਿੱਲਾ ਕੀਤਾ, ਗਰਮੀ ਬਹੁਤ ਜ਼ਿਆਦਾ ਹੈ ਤੇ ਮੂੰਹ ਸ਼ੂ ਧੋਤਾ, ਪਾਣੀ ਸ਼ਾਣੀ ਪੀਤਾ, ਠੰਡਾ ਤੇ ਕੂਲ ਕੂਲ ਪਾਣੀ ਹੈ, ਚੈੱਕ ਕਰੋ ਨਾ, ਇੰਜੋਏ ਕਰਦੇ ਵੇ ਮੁੰਡੇ। ਟਾਣਾ ਸਾਹਿਬ ਫੁੱਲ ਜੋਸ਼ ਤੇ ਜੀ ਅੱਜ, ਕਿਆ ਬਾਤ ਹੈ ਬਾਬਾ ਜੀ, ਚੈੱਕ ਕਰੋ, ਠੰਡਾ ਪਾਣੀ ਹੈ, ਮਾਸ਼ਾਅੱਲਾ, ਨਹਾਲੋ ਨਹਾਲੋ, ਚਲੋ ਆਇਓ ਸਰ ਜੀ। ਹਾਂਜੀ ਸਰ ਜੀ, ਮਜ਼ਾ ਆਇਆ ਅੱਜ ਫੇਰ, ਬੜਾ ਮਜ਼ਾ ਆਇਆ, ਸਲਮਾਨ ਸਾਹਿਬ ਨੇ ਪੂਰਾ ਇੰਜੋਏ ਕਰਾਇਆ, ਪੂਰਾ ਬਜਾ, ਇਨਸ਼ਾਅੱਲਾ ਫੇਰ ਹੁਣ ਜਿੱਦਣ ਪੱਕੇਗੀ ਇਨਸ਼ਾਅੱਲਾ 15 ਦਿਨਾਂ 10-15 ਦਿਨਾਂ ਬਾਅਦ ਫੇਰ ਵਿਜ਼ਿਟ ਹੋਏਗਾ, ਕਿਉਂ ਬਿਲਾ ਜੀ, ਫੇਰ ਤੁਹਾਨੂੰ ਖਾ ਕੇ ਵੀ ਚੈੱਕ ਕਰਾਂਗੇ ਜਨਾਬ, ਨਾਲੇ ਮਾਸਟਰ ਦੀ ਮਾਸਟਰ ਨਹੀਂ ਬਸ ਖਿਲਾਈ ਨਾ ਕਿਸੇ ਨੂੰ, ਖਿਲਾਂਗੇ ਜਨਾਬ, ਮਾਮੂ ਦਾ ਮੇਰੇ ਮਾਸਟਰ ਦੇ ਖਟਾਣਾ ਸਾਹਿਬ ਦੇ ਮਾਮੂ ਦਾ ਬਾਗ ਹੈ, ਖੁੱਲੀ ਖਾਣੀ ਹੈ, ਖੁੱਲੀ ਪੀ। ਹਾਂਜੀ ਜਨਾਬ, ਤੇ ਅਸੀਂ ਸੂਬਾ ਦਾ ਵਲੋਗ ਕੀਤਾ ਹੋਇਆ ਸੀ ਸਟਾਪ, ਤੇ ਹੁਣ ਅਸੀਂ ਆਏ ਹਾਂ ਜਨਾਬ, ਇਹ ਚੈੱਕ ਕਰੋ ਨਾ ਸਾਡੀ ਖੂਬਸੂਰਤ ਪਲੇਸ, ਆਏ ਹਾਏ ਹਾਏ, ਕਿਆ ਬਾਤ, ਸਕੂਨ, ਤੇ ਖਟਾਣਾ ਸਾਹਿਬ ਲੀਚੀ ਪੀ ਰਹੇ ਨੇ, ਕਿਆ ਬਾਤ ਹੈ। ਤੇ ਜਨਾਬ ਅਸੀਂ ਇੱਥੇ ਆ ਚੁੱਕੇ ਹਾਂ, ਇੱਥੇ ਲਾਜ਼ਮੀ ਅਸੀਂ ਆਉਣਾ ਹੁੰਦਾ, ਜਿੰਨੇ ਮਰਜ਼ੀ ਅਸੀਂ ਬਿਜ਼ੀ ਹੋਈਏ ਸੰਡੇ ਵਾਲੇ ਦਿਨ, ਤੁਹਾਨੂੰ ਪਤਾ ਸੂਬਾ ਅਸੀਂ ਉੱਥੇ ਗਏ ਜੰਗਲ 'ਤੇ, ਉੱਥੇ ਵੀ ਬਹੁਤ ਇੰਜੋਏ ਕੀਤਾ, ਹੁਣ ਅਸੀਂ ਸਾਰੇ ਆਪਣੇ ਕੰਮ ਸ਼ੰਮ ਕਰਕੇ ਅਤੇ ਅਸੀਂ ਇੱਥੇ ਸਕੂਨ ਲੈਣ ਆ ਗਏ ਹਾਂ, ਇਹ ਚੈੱਕ ਕਰੋ ਨਾ, ਬਹੁਤ ਹੀ ਸਕੂਨ ਹੈ ਇੱਥੇ, ਜਗ੍ਹਾ ਵੀ ਬਹੁਤ ਖੂਬਸੂਰਤ ਹੈ, ਸੈਦਪੁਰ ਅਸੀਂ ਬੈਠੇ ਹੋਏ ਹਾਂ, ਅਤੇ ਹੁਣ ਇੱਥੋਂ ਪੀ ਕੇ ਅਸੀਂ ਫਿਰ ਜਾਵਾਂਗੇ ਇੱਕ ਸਾਡੇ ਰੋਡ 'ਤੇ ਬਣਿਆ ਸੈਦਪੁਰ ਰੋਡ 'ਤੇ ਬਿਲੀਅਰਡ, ਬਹੁਤ ਹੀ ਹੈਵੀ ਕਿਸਮ ਦਾ, ਉੱਥੇ ਅਸੀਂ ਖੇਡਣਾ ਤਾਂ ਨਹੀਂ ਲੇਕਿਨ ਵੀਡੀਓ ਸ਼ੀਡੀਓ ਅਸੀਂ ਜ਼ਰੂਰ ਉੱਥੇ ਬਣਾਵਾਂਗੇ ਜਾ ਕੇ, ਕਿਉਂ ਖਟਾਣਾ ਸਾਹਿਬ। ਬਿਲਕੁਲ ਜੀ, ਅਤੇ ਅੱਜ ਖਟਾਣਾ ਸਾਹਿਬ ਦੀ ਸਾਰਾ ਦਿਨ ਪੋਇਟਰੀ ਨਹੀਂ ਸੁਣੀ ਹੈ, ਅੱਜ ਖਟਾਣਾ ਸਾਹਿਬ ਕੋਲੋਂ ਪੋਇਟਰੀ ਸੁਣਾਂਗੇ, ਚਲੋ ਸਰ ਜੀ। ਓਏ ਮੈਂ ਦੁੱਖਾਂ ਦਾ ਪੱਕਾ ਦਾਰੂ ਹਾਂ, ਆਏ ਓਏ, ਮੈਨੂੰ ਮਿਲ ਤੇ ਸਹੀ ਤੈਨੂੰ ਚਾਸਾ ਸੀ, ਕਿਆ ਬਾਤ, ਉਹ ਤੇਰੇ ਗਮ ਦੇ ਇਸ ਸਮੁੰਦਰ ਦਾ, ਮੈਂ ਪੱਕਾ ਪੀੜਾ ਤਾਰੂ ਹਾਂ, ਮੈਨੂੰ ਮਿਲ ਤੇ ਸਹੀ ਤੈਨੂੰ ਚਾਸਾ ਸੀ, ਕਿਆ ਬਾਤ, ਕਿਆ ਬਾਤ, ਦਿਲ ਚੀਖਤਾ ਰਹਾ ਓ ਇੱਕ ਬਾਰ ਤੋਂ ਪੁਕਾਰ ਮੁਝੇ, ਕਿਆ ਬਾਤ। ਲੋ ਜਨਾਬ, ਤੇ ਅਸੀਂ ਜਾ ਰਹੇ ਹਾਂ ਇੱਥੋਂ ਵਾਪਸੀ, ਅਤੇ ਹਾਜ਼ਰੀ ਦੇਣੀ ਹੁੰਦੀ ਹੈ, ਹਾਜ਼ਰੀ ਦੇ ਲਈ ਹੈ, ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਸੀ, ਖਟਾਣਾ ਸਾਹਿਬ ਕਹਿ ਰਹੇ ਨੇ ਚਲੋ ਸੱਲੂ ਸਾਹਿਬ ਵਾਪਸੀ ਜਾ ਕੇ ਹੁਣ ਤੁਹਾਨੂੰ ਮਿਲਣੇ ਹਾਂ ਸਨੋਕਰ ਕਲੱਬ 'ਤੇ, ਬਾਕੀ ਆਖਰੀ ਪਾਰਟ ਹੋਏਗਾ ਅਗਲਾ। ਜਨਾਬ ਤੇ ਇਸ ਟਾਈਮ ਅਸੀਂ ਆਏ ਹਾਂ ਸਨੋਕਰ ਕਲੱਬ 'ਤੇ, ਇਹ ਚੈੱਕ ਕਰੋ, ਇਹ ਖਟਾਣਾ ਸਾਹਿਬ ਫੁੱਲ ਝੱਸ ਲੈ ਰਹੇ ਨੇ, ਗੇਮ ਲਾਉਂਦੇ ਆ ਜਨਾਬ, ਮੁੰਡੇ ਨਾਲ ਚੈੱਕ ਕਰੋ ਜੀ, ਦਾਦਾ ਮੈਚ ਲੱਗੇ ਦਾ ਸਾਹ ਜੀ, ਚੈੱਕ ਕਰੋ ਬਾਲ ਜੀ, ਚੈੱਕ ਕਰੇ ਹੋਣ ਆਪਦੇ ਰੁਪਈਆ 500 ਆ ਰਹੇ ਆ, ਸਾਹਿਬ ਵੀ ਖੁਸ਼ ਦਿਆ ਸੀ, ਸਮਾਨ ਰਿਹਾ ਨਾ 140 ਹੁਣ ਦੇ ਲਈ ਸਾਨੂੰ, ਤੇ ਸਰ ਜੀ ਤੁਸੀਂ ਦਵਾ, ਸਭ ਤੋਂ ਬਹੁਤਾ ਖੁਸ਼ ਮੈਂ ਹੋਇਆ ਜਦੋਂ ਸਮਾਨ ਰਿਹਾ ਨਾ, ਬਾਕੀ ਚੱਸ ਲਈ ਹੈ ਬਾਬਾ ਜੀ, ਤੇ ਸੰਡੇ ਦਾ ਇੰਜੋਏ ਕੀਤਾ ਫੁੱਲ, ਹੁਣ ਜਾ ਰਹੇ ਹਾਂ ਘਰ, ਬਾਏ ਬਾਏ।